아가 바버 ਦੀ ਕਹਾਣੀ ਗੁਲਾਬਦੀਨ ਡਾਕੀਆ ਅਗਲਾ ਪਾਕ ਉਹ ਆਪਣੀ ਰੇਸ਼ਮੀ ਸਲਵਾਰ ਨੂੰ ਹੱਥਾਂ ਨਾਲ ਸੰਭਾਲਦੀ ਹੋਈ ਬਰਾਂਡੇ 'ਚ ਆਈ ਉੱਥੇ ਬੈਠਕ ਜਾ ਕੇ ਰਾਣੀ ਨੂੰ ਕਹਿਣ ਲੱਗੀ ਅੰਮਾ ਹੋਰੀ ਅੰਦਰ ਬੈਠੇ ਮੱਝ ਦਾ ਸੌਦਾ ਕਰ ਰਹੇ ਨੇ ਫਿਰ ਪਿਓ ਵੱਲ ਵੇਖ ਕੇ ਕਹਿਣ ਲੱਗੀ ਮੁੰਸ਼ੀ ਜੀ ਕਹਿੰਦੇ ਨੇ ਮੱਝ ਦਾ ਮਾਲਕ ਕਹਿੰਦਾ ਜੇ ਲੈਣਾ ਹੈ ਤਾਂ ਦੋ ਦਿਨਾਂ ਚਾ ਆ ਕੇ ਆਪਣਾ ਮਾਲ ਲੈ ਜਾਓ ਪਿਓ ਨੇ ਹੱਸ ਕੇ ਰਾਣੀ ਵੱਲ ਵੇਖਿਆ ਕਿਆ ਇਹ ਦੋਵੇਂ ਭੈਣਾ ਵਾਰੀ-ਵਾਰੀ ਲੱਸੀ ਰੜਕਦੀਆਂ ਨੇ ਅਸਲ 'ਚ ਰਾਣਾ ਜੀ ਸਾਡੀ ਮੱਜ ਭੱਜ ਗਈ ਮੈਨੂੰ ਰੋਜ਼ ਕਹਿੰਦੀਆਂ ਨੇ ਅੱਬਾ ਨਵੀਂ ਲੈ ਲਓ ਰਾਣਾ ਬਰੀਕ ਜੀਆਂ ਨਜ਼ਰਾਂ ਨਾਲ ਬਦਰੋਵਲ ਵੇਖ ਕੇ ਬੋਲੇ ਲੈ ਲਓ ਨਾ ਕਿੰਨੇ ਦੀ ਦਿੰਦਾ ਹੈ ਕਿਉਂ ਅੱਬਾ ਜੀ 800 ਮੰਗਦਾ ਹੈ ਹਾਂ ਬੁੱਤ ਕੱਲ ਮੈਂ ਥੋ ਚੈੱਕ ਲੈ ਲੈਣਾ ਰਾਣਾ ਬੜੀ ਬੇਗਰਜ਼ੀ ਨਾਲ ਬੋਲਿਆ ਬਦਰੋ ਨੇ ਚੋਚਲੀ ਸੁਰ ਨਾਲ ਉੱਥੇ ਖਲੋਤੀ ਨਹੀਂ ਗਿਆ ਚੰਗਾ ਮੁੰਸ਼ੀ ਜੀ ਤੁਸੀਂ ਹੁਣ ਜਾਓ ਡੋਗਰ ਨੂੰ ਕਹਿ ਦੇਣਾ ਅੱਬਾ ਜੀ ਆ ਕੇ ਮੱਝ ਲੈ ਜਾਣਗੇ ਮੱਝ ਕਿਹੜੀ ਮੱਝ ਉਹ ਸੋਚਣ ਲੱਗਾ ਉਹਨੇ ਬਾਹਰ ਨਿਕਲ ਕੇ ਪਨਵਾੜੀ ਨੂੰ ਪੁੱਛਿਆ ਇਹ ਰਾਣੀ ਹੋਰੀ ਕੌਣ ਨੇ ਜਿਸ ਨੇ ਬਦਰੋ ਨੂੰ ਮਾਲਾ ਮਾਲ ਕੀਤਾ ਸੀ ਉਹਦਾ ਨਾਮ ਬਿਛਣੀ ਹੈ ਕੋਇਟੇ ਤੋਂ ਆਇਆ ਹੈ ਭੋਲੇ ਨਾ ਬਣੋ ਮੁੰਸ਼ੀ ਜੀ ਮਾਲ ਲਿਆਇਆ ਹੋਏਗਾ ਹੁਣ ਤਾਂ ਨਿੱਕੀ ਵੀ ਜਵਾਨ ਹੋ ਗਈ ਹੈ ਬੜਾ ਉਸਤਰਾ ਗੁੱਲ ਆਦਮੀ ਹੈ ਉਸਤਰਾ ਗੁੱਲ ਕੀ ਹੁੰਦਾ ਉਹ ਸੋਚਦਾ ਹੋਇਆ 9 ਗਜ਼ੇ ਦੀ ਕਬਰ ਵਾਲ ਤੁਰ ਪਿਆ ਅਗਲੇ ਦਿਨ ਉਹਨੂੰ ਰਾਣੀ ਨੂੰ ਦੇਖਣ ਦਾ ਸ਼ੌਕ ਫੇਰ ਬਧਰੋ ਦੇ ਘਰ ਲੈ ਗਿਆ। ਬੈਠਕ 'ਚ ਦੋ ਪਲੰਗ ਨਾਲ-ਨਾਲ ਡੱਠੇ ਹੋਏ ਸਨ। ਇੱਕ ਤੇ ਰਾਣਾ ਬੈਠਾ ਨਾਈ ਕੋਲੋਂ ਸ਼ੇਵ ਕਰਵਾ ਰਿਹਾ ਸੀ। ਦੂਜੇ ਤੇ ਚਾਹ ਦੀਆਂ ਪਿਆਲੀਆਂ ਅੱਧ ਖਿਲ ਰੀਆਂ ਪਈਆਂ ਸਨ। ਉਹਨਾਂ ਦਾ ਨੌਕਰ ਗੰਜਾ ਬਰਾਂਡੇ 'ਚ ਬੈਠਾ ਕੁੰਡੀ 'ਚ ਬਦਾਮ ਰਗੜ ਰਿਹਾ ਸੀ। ਬਧਰੋ ਦਾ ਭਰਾ ਕੀਮ ਰੇਸ਼ਮੀ ਤੈਬੰਦ ਨੂੰ ਇਕੱਠਾ ਕਰਕੇ ਉਸ ਤਰੇ ਨਾਲ ਮੁੰਨੀਆਂ ਹੋਈਆਂ ਲੱਤਾਂ ਨੰਗੀਆਂ ਕਰੀ ਉਹਦੇ ਕੋਲ ਬੈਠਾ ਸੀ। ਕਦਰੋ ਤੇ ਮਹਿਰੋ गाव ਤਕੀਏ ਤੇ ਬੈਠੀਆਂ ਲਸਣ ਛਿਲ ਰਹੀਆਂ ਸਨ ਚੌਧਰੀ ਹੋਰੀ ਘਰੇ ਨੇ ਨਹੀਂ ਮੁੰਸੀ ਜੀ ਮੁੰਸੀ ਜੀ ਮੇਰੀ ਕੋਈ ਚਿੱਠੀ ਨਹੀਂ ਆਈ ਮੈਰੋ ਛੇਤੀ ਨਾਲ ਐਦਾਂ ਬੋਲੀ ਜਿਵੇਂ ਦੋ ਦਿਨਾਂ ਚੋਂ ਨੂੰ ਪਰ ਲੱਗ ਗਏ ਹੁਣ ਤੇਰੀ ਚਿੱਠੀ ਚਿੱਠੀ ਕਿੱਥੋਂ ਆਵੇਗੀ ਨਹੀਂ ਗਸ਼ਤੀਏ ਕਦਰੋਂ ਨੇ ਛਾਟੋ ਦਾ ਪੱਤਾ ਕੱਟ ਦਿੱਤਾ ਨਾਲ ਦੇ ਕਮਰੇ ਚੋਂ ਬਦਰੋ ਨਿਕਲਾਈ ਜਿਨੇ ਬਹੁਤ ਸੋਹਣਾ ਸੂਟ ਪਾਇਆ ਸੀ ਉਹਦੇ ਹੱਥ ਵਿੱਚ ਸੈਂਟ ਦੀ ਸ਼ੀਸ਼ੀ ਸੀ ਜੋ ਆਪਣੇ ਕੱਪੜਿਆਂ ਤੇ ਛਿੜਕ ਰਹੀ ਸੀ ਕੁਝ ਸੰਤੋ ਨੇ ਰਾਣੀ ਤੇ ਛਿੜਕਿਆ ਤੇ ਬੋਲੀ ਹੁਨਸ਼ੀ ਜੀ ਕੋਇਟੀ ਦੀ ਸੁਗਾਤ ਲੈਂਦੇ ਜਾਓ ਇਹ ਚਾਰ ਸੇਉ ਜ਼ੋਹਰਾ ਮੁਸਤਰੀ ਦੇ ਘਰ ਦਿੰਦੇ ਜਾਣਾ ਇਹ ਦੋ ਤੁਹਾਡੇ ਲਈ ਬਦਰੋ ਨੇ ਪੇਟੀ ਵਿੱਚੋਂ 6 ਲਾਲ ਸੇਉ ਕੱਢ ਕੇ ਗੁਲਾਬਦੀਨ ਨੂੰ ਫੜਾ ਦਿੱਤੇ ਜਿਹੜੇ ਉਹਨੇ ਆਪਣੇ ਚਮੜੇ ਦੇ ਥੈਲੇ 'ਚ ਰੱਖ ਲਏ ਲੰਮੇ ਸਾਹਾਂ ਨਾਲ ਖੁਸ਼ਬੂ ਦੀਆਂ ਲਪਟਾਂ ਲੈਂਦਾ ਹੋਇਆ ਬਾਹਰ ਨਿਕਲ ਗਿਆ ਜ਼ੋਹਰਾ ਮਿਸਤਰੀ ਆਪਣੀ ਬੈਠਕ 'ਚ ਦੋ ਉਪਰੇ ਬੰਦਿਆਂ ਨਾਲ ਬੈਠੀਆਂ ਰਮੀ ਖੇਡ ਰਹੀਆਂ ਸਨ ਗੁਲਾਬਦੀਨ ਨੇ ਜਾ ਕੇ ਸਿ ਉਹਨਾਂ ਦੇ ਸਾਹਮਣੇ ਰੱਖ ਦਿੱਤੇ ਦੋਹਾਂ ਭੈਣਾਂ ਨੇ ਇੱਕ ਦੂਜੀ ਵੱਲ ਵੇਖਿਆ ਮੁੰਸ਼ੀ ਜੀ ਦੇਖ ਚੜੀਏ ਉਹਨਾਂ ਦੇ ਘਰ ਜ਼ੋਹਰਾ ਨੇ ਦਿਲਚਸਪੀ ਨਾਲ ਪੁੱਛਿਆ ਮੈਂ ਤਾਂ ਨਹੀਂ ਦੇਖੀ ਗੁਲਾਬਦੀਨ ਨੇ ਕਿਹਾ ਬਰਾਂਡੇ 'ਚ ਉਹਨਾਂ ਦੀ ਮਤਰੀਈ ਭੈਣ ਨੇ ਪਾਸਾ ਲੈ ਕੇ ਗੁਲਾਬਦੀਨ ਵੱਲ ਵੇਖਿਆ ਫਿਰ ਪਿੱਠ ਮੋੜ ਲਈ ਅਗਲੇ ਦਿਨ ਡਾਕ ਛਾਂਟਦਿਆਂ ਉਹਨੂੰ ਜ਼ੋਹਰਾ ਦੇ ਨਾਂ ਚਿੱਠੀ ਮਿਲੀ ਉਹ ਚਾਹੁੰਦਾ ਸੀ ਕਿ ਬਦਰੋ ਜਾਂ ਕਦਰੋ ਦੀ ਚਿੱਠੀ ਮਿਲੇ ਤਾਂ ਜੋ ਅੱਜ ਫੇਰ ਉਧਰ ਜਾ ਉਧਰ ਦਾ ਫੇਰਾ ਪਰ ਰਹੀ ਤੀਜੇ ਪੈਰ ਜਦੋਂ ਹੱਥ ਵਿੱਚ ਜ਼ੋਹਰਾ ਦੀ ਚਿੱਠੀ ਲਈ ਮਕਾਨ ਚ ਵੜਿਆ ਤਾਂ ਜ਼ੋਹਰਾ ਤੇ ਮੁਸਤਰੀ ਮੈਟਨੀ ਸ਼ੋ ਦੇਖਣ ਗਈਆਂ ਹੋਈਆਂ ਸਨ ਰਾਣਾ ਵਰਾਂਡੇ ਚ ਉਹਨਾਂ ਦੀ ਭੈਣ ਨਾਲ ਚੋਲਾਂ ਕਰ ਰਿਹਾ ਸੀ ਜਿਹੜੀ ਉਹਨੂੰ ਆਪਣੇ ਜਿੰਨੀ ਮੋਟੀਆਂ-ਮੋਟੀਆਂ ਗਾਲਾਂ ਕੱਢ ਰਹੀ ਸੀ ਉਧਰ ਮੱਝ ਮੁੱਲ ਲੈਣ ਲਈ ਰੁਪਏ ਦੇ ਆਇਆ ਇਧਰ ਮੱਝ ਤੇ ਹੱਥ ਫੇਰ ਰਿਹਾ ਰਾਣਾ ਉਸ ਤਰ੍ਹਾਂ ਗੁੱਲ ਆਦਮੀ ਜਮਤ ਜੰਦ ਦਾ ਵਪਾਰੀ ਗੁਲਾਬਦੀਨੇ ਸੋਚਦਾ ਹੋਇਆ ਬਾਹਰ ਨਿਕਲ ਆਇਆ ਤਿੰਨ ਦਿਨਾਂ ਬਾਅਦ ਉਹਨੂੰ ਉੜਦੀ ਉੜਦੀ ਇੱਕ ਖਬਰ ਮਿਲੀ ਪਾਨਵਾਈ ਦੀ ਹੱਟੀ ਉਹਨਾਂ ਦੇ ਘਰ ਦੇ ਸਾਹਮਣੇ ਹੈ ਉਸੇ ਤੋਂ ਹੀ ਉਹਦੀ ਪੁਸ਼ਟੀ ਕਰਨੀ ਚਾਹੀਦੀ ਹੈ ਪਾਨਵਾਈ ਬੋਲਿਆ ਜੋ ਤੁਸੀਂ ਸੁਣਿਆ ਠੀਕ ਹੈ ਰਾਣਾ ਤੇ ਮਹਿਰ ਲਈ ਤਿਆਰ ਸੀ ਪਰ ਬਦਰੋ ਦੀ ਮਾਂ ਨਹੀਂ ਮੰਨੀ ਗੁਲਾਬਦੀਨ ਨੇ ਪੁੱਛਿਆ ਅਬਦੁਲ ਕਰੀਮ ਤੇ ਕੰਮ ਰਾਜ਼ੀ ਸਨ ਕੀਮਤੇ ਸ਼ਰਦਾਈਆਂ ਕੋਟ-ਕੋਟ ਕੇ ਪਲਾਉਂਦਾ ਸੀ ਪਾਨਵਾਈ ਮੁਸਕਰਾ ਕੇ ਬੋਲਿਆ ਜੀ ਦਾ ਮਾਲ ਉਸੇ ਦਾ ਲਾਲ ਮੰਛੀ ਜੀ ਸੁੰਦਰਤਾ ਕਿੱਦਾਂ ਵੇਚੀ ਜਾ ਸਕਦੀ ਹੈ ਸਰੀਰ ਕਿਦਾਂ ਵੇਖ ਸਕਦਾ ਹੈ ਉਹ ਐਦਾਂ ਦੀਆਂ ਗੱਲਾਂ ਸੋਚੀ ਵੀ ਜਾਂਦਾ ਬਾਜ਼ਾਰ ਚ ਤੁਰਦੀਆਂ ਫਿਰਦੀਆਂ ਵੀ ਸੁਆਵਾਂ ਨੂੰ ਖਾਲੀ ਦਿਮਾਗ ਨਾਲ ਵੇਖੀ ਵੀ ਜਾਂਦਾ ਚਿੱਠੀਆਂ ਵੀ ਵੰਡੀ ਜਾਂਦਾ ਉਹਨੇ ਆਪਣੇ ਕੰਮ ਨਾਲ ਮਤਲਬ ਰੱਖਿਆ ਕਿੰਨੀ ਦੇਰ ਬਦਰੋ ਕਦਰੋ ਦੇ ਘਰ ਨਾ ਗਿਆ ਇੱਕ ਦਿਨ ਉਹਨੂੰ ਮੋਤੀ ਬਾਜ਼ਾਰ ਚ ਅਬਦੁਲ ਕਰੀਮ ਮਿਲਿਆ ਉਹਦੇ ਕੋਲੋਂ ਉਹਨੂੰ ਪਤਾ ਲੱਗਾ ਕਿ ਉਹਨਾਂ ਨੇ ਹੁਣ ਨਵੀਂ ਮੱਝ ਖਰੀਦ ਲਈ ਐ ਅਬਦੁਲ ਕਰੀਮ ਨੇ ਕਿਹਾ ਕਿਸੇ ਦਿਨ ਆਉਣਾ ਸਾਡੇ ਘਰ ਸਾਡੇ ਘਰ ਚ ਜਲਸਾ ਹੋਣ ਵਾਲਾ ਇੱਕ ਦਿਨ ਬਦਰੂ ਦੇ ਨਾਮ 500 ਰੁਪਏ ਦਾ ਮਨੀ ਆਰਡਰ ਆ ਗਿਆ। ਗੁਲਾਬਦੀਨ ਨੇ ਪੜ੍ਹਿਆ, ਰਾਹਤ ਹਯਾਤ ਬਖਸ਼ ਕੋਈਟਾ ਨਿਕਲਿਆ ਸੀ। ਅਖੀਰ 'ਚ ਲਿਖਿਆ ਸੀ ਜਲਸੇ ਦੇ ਰੁਪਏ ਭੇਜ ਰਿਆਂ, ਮੈਨੂੰ ਵੀ ਉਸ ਦਿਨ ਚੇਤੇ ਕਰ ਲੈਣਾ। ਉਹ ਚਿਕ ਚੁੱਕ ਕੇ ਅੰਦਰ ਗਿਆ ਤਾਂ ਬਦਰੂ ਮੰਜੀ ਤੇ ਲੇਟੀ ਹੋਈ ਸਿਗਰਟ ਪੀ ਰਹੀ ਸੀ। ਖੜਾਕ ਸੁਣ ਕੇ ਉੱਠ ਬੈਠੀ। ਸ਼ੁਕਰੇ ਤੁਸੀਂ ਵੀ ਆਇਓ ਮੁੰਸ਼ੀ ਜੀ। ਕੋਈ ਖਾਤ ਹੀ ਨਹੀਂ ਸੀ। ਖਤ ਨਾ ਹੋਵੇ ਤਾਂ ਕੀ ਆਉਣਾ ਹੀ ਛੱਡ ਦੇਣਾ ਸੀ। ਅਬਾਉਰੀ ਬਹੁਤ ਯਾਦ ਕਰ ਰਹੀ ਸੀ ਤੁਹਾਨੂੰ ਦੂਜੇ ਕਮਰੇ ਚ ਅਬਦੁਲ ਕਰੀਮ ਨਿਕਲ ਆਇਆ ਮਨੀ ਆਰਡਰ ਦੀ ਗੱਲ ਸੁਣ ਕੇ ਸਾਰਿਆਂ ਦੀ ਬਰਾਛਾਂ ਖੁੱਲ ਗਈਆਂ ਮੈਰੂ ਵੀ ਚੰਗੇਰ ਚੁੱਕੀ ਧੌੜੀ ਧੌੜੀ ਬਾਹਰ ਆਈ ਹੁਣ ਮੁੰਸ਼ੀ ਜੀ ਤੁਸੀਂ ਜ਼ਰਾ ਕਾਗਜ਼ ਪੈਨਸਲ ਚੁੱਕ ਕੇ ਬੈਠ ਜਾਓ ਕਾਕੀ ਅੰਦਰ ਹੁੱਕਾ ਚੁੱਕ ਲਿਆ ਮੈਰੂ ਨੇ ਹੁੱਕਾ ਲਿਆ ਕੇ ਪਿਓ ਦੇ ਕੋਲ ਰੱਖ ਦਿੱਤਾ ਜਿਨੇ ਮੂੰਚ ਨੜੀ ਲੈ ਕੇ ਗੁਲਾਬਦੀਨ ਨੂੰ ਦੇਗਾਂ ਦਾ ਮਸਾਲਾ ਲਿਖਾਉਣਾ ਸ਼ੁਰੂ ਕਰ ਦਿੱਤਾ ਗੁਲਾਬਦੀਨ ਦੀ ਹੈਰਾਨੀ ਦੂਰ ਕਰਨ ਲਈ ਅਬਦੁਲ ਕਰੀਮ ਨੇ ਕਿਹਾ ਅਸੀਂ ਕਮਰੋ ਦੀ ਕਾਕੀ ਦੀ ਖੁਸ਼ੀ ਕਰਨਾ ਚਾਹੁੰਦੇ ਚਾਹੁੰਦੇ ਹਾਂ ਕੀਮਤਾ ਨਿਕੰਮਾ ਬੰਦਾ ਹੈ ਕੱਲ ਮੈਂ ਤੇ ਤੁਸੀਂ ਜਾ ਕੇ ਸੌਦਾ ਲੈ ਆਈਏ ਨਾਈ ਨੂੰ ਵੀ ਨਾਲ ਲੈ ਚਲਾਂਗੇ ਇਸ ਗੱਲ ਬਾਤ 'ਚ ਕਦਰੋ ਤੇ ਬਦਰੋ ਵੀ ਆਪਣੀਆਂ ਸਲਾਹਾਂ ਦਿੰਦੀਆਂ ਰਹੀਆਂ ਮਹਿਰੂ ਪੱਕੇ ਫਰਸ਼ ਤੇ ਚੌਂਕੜੀ ਮਾਰੀ ਲਸਣ ਛਿੱਲਦੀ ਰਹੀ ਗੁਲਾਬਦੀਨ ਨੇ ਆਪਣੇ ਕੰਨ ਤੇ ਟੰਗੀ ਪੈਨਸਲ ਚੁੱਕ ਕੇ ਜੇਬ 'ਚ ਪਾਉਨੇ ਆਜ ਪੁੱਛ ਹੀ ਲਿਆ ਇਹਨਾਂ ਲਸਣ ਕੀ ਕਰਦੇ ਹੋ ਤੁਸੀਂ ਕਦਰੋਨੇ ਕਿਆ ਸਾਡੇ ਘਰਾਂ ਚ ਹਾਂਡੀ ਵਧੀਆ ਬਣਦੀ ਏ ਬਹੁਤੇ ਬੰਦਿਆਂ ਲਈ ਬਣਦੀ ਆ ਉਸ ਚ ਪਾਈਦਾ ਬਦਰੋ ਬੋਲੀ ਅਸੀਂ ਸਾਰਾ ਦਿਨ ਕੀ ਕੰਮ ਕਰੀਏ ਐਦਾ ਮਾਂ ਦਾ ਹੱਥ ਵਟਾ ਦਿੰਦੀ ਆ ਮੈਰੂ ਆਪਣੀ ਮਹੱਤਾ ਦਿਖਾਉਣ ਲਈ ਹੋਰ ਫੁਰਤੀ ਨਾਲ ਲਸਣ ਛਿੱਲਣ ਲੱਗੀ ਰੱਬ ਖੈਰ ਕਰੇ ਹੁਣ ਐਤਵਾਰ ਨੂੰ ਦੇਖ ਲੈਣਾ ਅਬਦੁਲ ਕਰੀਮ ਗੁਲਾਬਦੀਨ ਦੇ ਮੁੱਢੇ ਥਾਪੜਦਾ ਹੋਇਆ ਬੋਲਿਆ ਉਹਨਾਂ ਨੇ ਬਾਸਮਤੀ ਚੌਲ ਖਾਲਸ ਕੇ ਉਤੇ ਮਸਾਲੇ ਦੀਆਂ ਪੋਟਲੀਆਂ ਜਦੋਂ ਟਾਂਗੇ 'ਚੋਂ ਲਾ ਕੇ ਡਿਉੜੀ 'ਚ ਰੱਖਿਆ ਤਾਂ ਘਰ 'ਚ ਕੋਈ ਵੀ ਨਹੀਂ ਸੀ। ਅਬਦੁਲ ਕਰੀਮ ਦੇ ਕਹਿਣ ਤੇ ਗੰਜਾ ਬਾਜ਼ਾਰੋਂ ਚਾਦਾ ਸੈਟ ਲੈ ਆਇਆ। ਉਹ ਚਾਦੀਆਂ ਸੁੜਕੀਆਂ ਮਾਰ ਰਏ ਸਨ ਕਿ ਬਧਰੋ ਕਧਰੋ ਤੇ ਮੇਰੋ ਤਿੰਨੇ ਪਹਿਣਾ ਸਜੀਆਂ ਸਜਾਈਆਂ ਬੈਠਕ 'ਚ ਬੜੀਆਂ। ਬਧਰੋ ਹੱਸ ਕੇ ਬੋਲੀ ਅੱਬਾ ਜੀ ਅਸੀਂ ਤਾਂ ਸੱਦਾ ਦੇ ਆਈਆਂ। ਅੱਜ ਬਧਰੋ ਰੋਜ਼ ਨਾਲੋਂ ਬਹੁਤ ਪਤਲੀ ਤੇ ਸੋਹਣੀ ਦਿਸ ਰਹੀ ਸੀ। ਕਧਰੋ ਦਾ ਸਰੀਰ ਭਰਿਆ ਹੋਇਆ ਸੀ ਉਹਦਾ ਨੱਕ ਦਾ ਕੋਕਾ ਲਿਸ਼ਕ ਰਿਹਾ ਸੀ। ਮੇਰੇ ਉੱਪਰ ਜਵਾਨੀ ਦੀਆਂ ਸਾਰੀਆਂ ਰੰਗੀਆਂ ਲਈ ਉਹਦੇ ਨਾਲ ਇਦਾਂ ਸੀ ਜਿਵੇਂ ਨਿਖਰੀ ਹੋਈ ਬੱਦਲੀ ਨਾਲ ਬਿਜਲੀ ਦੀ ਕੜਕ ਹੋਵੇ ਪ੍ਰੋਗਰਾਮ ਇਹ ਸੀ ਕਿ ਐਤਵਾਰ ਨੂੰ ਦੁਪਹਿਰ ਦੀ ਰੋਟੀ ਤੇ ਰਾਤ ਨੂੰ ਗਾਣਾ ਵਜਾਉਣਾ ਗੁਲਾਬਦੀਨ ਨੇ ਜਦੋਂ ਤਿਲਮੁਠ ਨਾਨੁਕਰ ਕਰ ਦਿੱਤੀ ਤਾਂ ਅਬਦੁਲ ਕਰੀਮ ਨੇ ਕਿਹਾ ਮੁੰਸ਼ੀ ਜੀ ਤੁਸੀਂ ਕੋਈ ਉਪਰੇ ਤਾਂ ਨਹੀਂ ਸਾਡੇ ਘਰਾਂ 'ਚ ਤੁਹਾਨੂੰ ਕਿਹੜਾ ਨਹੀਂ ਜਾਣਦਾ ਅਵਲ ਤਾਂ ਅਸੀਂ ਬਹੁਤੇ ਲੋਕਾਂ ਨੂੰ ਬੁਲਾਇਆ ਹੀ ਨਹੀਂ ਇਹ ਆਂਡ ਗਵਾਂਡ ਦੇ ਕੁਝ ਘਰਾਂ ਨੂੰ ਹੀ ਸੱਦਿਆ ਹੈ ਬਾਕੀ ਰਿਆ ਗਾਣਾ ਤੇ ਉਹ ਤੁਹਾਡੀ ਮਰਜ਼ੀ ਹੈ ਹਾਫਿਜ਼ ਸਾਹਿਬ ਨੇ ਕੀ ਫਰਮਾਇਆ ਇਕਦਰੋ ਪੁੱਤ ਕਦਰੋ ਨੇ ਕਿਹਾ ਕਿਉਂ ਅੱਬਾ ਜੀ ਕੁਛ ਨਹੀਂ ਪੁੱਤਰ ਮੁੰਸ਼ੀ ਜੀ ਨੂੰ ਸਿਗਰਟ ਦੇ ਕਦਰੋ ਨੇ ਸਿਗਰਟ ਦੀ ਡੱਬੀ ਮੁੰਸ਼ੀ ਜੀ ਅੱਗੇ ਕਰ ਦਿੱਤੀ ਜਿਸ ਤੋਂ ਗੁਲਾਬਦੀਨ ਨੇ ਇੱਕ ਸਿਗਰਟ ਕੱਢ ਕੇ ਲਾ ਲਿਆ ਬਸ ਤੁਸੀਂ ਡਾਕ ਵੰਡ ਕੇ ਸਿੱਧੇ ਇੱਧਰ ਹੀ ਆ ਜਾਣਾ ਸ਼ਨੀਵਾਰ ਦੀ ਸ਼ਾਮ ਨੂੰ ਨਾਈ ਨੇ ਚੁੱਲਾ ਬਣਾਤਾ ਐਤਵਾਰ ਸਵੇਰੇ ਉਹਦੇ ਦੋ ਸਾਥੀਆਂ ਨੇ ਆ ਕੇ ਕੰਮ ਸੰਭਲ ਲਿਆ ਲੌਂਗ ਲਾਚੀਆਂ ਤੇ ਕੇਸਰ ਦੀ ਖੁਸ਼ਬੂ ਚੋਂ ਹੀ ਪਾਸੇ ਖਿਲਰ ਗਈ ਤੇ ਦੇਗਾਂ ਪੱਕਣ ਲੱਗੇ ਗੁਲਾਬਦੀਨ ਜੇ ਮੰਦਰੂ ਪ੍ਰਬੰਧਕ ਸੀ ਅਬਦੁਲ ਕਰੀਮ ਨੇ 우ਸਤਾਦ ਨੂਰਦੀਨ ਤੇ ਮੁੰਸ਼ੀ ਗੁਲਾਬਦੀਨ ਨੂੰ ਦੇਗਾਂ ਦੀ ਦੇਖਭਾਲ ਤੇ ਬਿਠਾ ਦਿੱਤਾ ਬਦਰੋ ਦੇ 사ਜੰਦਿਆਂ ਨੇ ਦਲਾਨਾਂ ਚ ਚਿੱਟੀਆਂ ਦੁੱਧ ਚਾਦਰਾਂ ਪੁਛਾ ਦਿੱਤੀਆਂ ਕੀਮਤੇ ਉਹਦੇ ਦੋਸਤਾਂ ਨੇ ਗੋਲ ਸਰਾਣੇ ਰੱਖ ਦਿੱਤੇ ਅੰਗਿੱਠੀ ਤੇ ਗੁਲਾਬ ਦਾਨੀਆਂ ਰੱਖ ਦਿੱਤੀਆਂ ਪੁੱਛਣ ਲੱਗਾ ਆਪਾ ਬਦਰੂ ਠੀਕ ਏ ਉਹਨੇ ਕਿਹਾ ਹਾਂ ਜਿਉਂਦਾ ਰਹਿ ਠੀਕ ਈ ਆਪਾ ਸਿਗਰਟਾਂ ਲਈ ਕੁਝ ਪੈਸੇ ਤਾਂ ਦਿਓ ਬਧਰੋ ਨੇ ਦਸਾਂ ਦਾ ਨੋਟ ਦੇ ਦਿੱਤਾ ਉਹ ਅੰਦਰ ਚਲੀ ਗਈ ਉਹ ਕਦਰੋ ਨੂੰ ਲੈ ਆਇਆ ਬੋਲਿਆ ਬੀਬੀ ਸਾਡਾ ਪ੍ਰਬੰਧ ਠੀਕ ਹੈ ਨਾ ਉਹਨੇ ਕਮਰਿਆਂ ਵੱਲ ਛਾਤੀ ਮਾਰੀ ਕਿਹਾ ਠੀਕ ਹੈ ਬੀਬੀ ਸਿਗਰਟਾਂ ਲਈ ਕੁਝ ਪੈਸੇ ਤਾਂ ਦਿਓ ਉਸ ਕੋਲੋਂ ਵੀ ਦਸਾਂ ਦਾ ਨੋਟ ਮੋਟ ਲਿਆ ਦੁਪਹਿਰ ਨੂੰ ਵੇਸਵਾਵਾਂ ਦੀਆਂ ਟੋਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਂਗਲਾਂ 'ਚ ਸਿਗਰਟ ਫੜੀ ਸੁਪਾਰੀਆਂ ਚੱਪਦੀਆਂ ਕੁਸਰਮਸਰ ਕਰਦੀਆਂ ਆਵਾਜ਼ਾਂ ਰੰਗ-ਬਰੰਗੇ ਸੂਟ ਗੋਰੇ ਤੇ ਸਾंभਲੇ ਪੈ ਚੁੱਕੇ ਚਿਹਰੇ ਭਰਵੇਂ سینੇ ਪਤਲੇ ਲੱਖ ਦਿਲ ਮਿੱਦਨ ਵਾਲੀਆਂ ਸਾਰੀਆਂ ਦਾਵਾਂ ਤੇ ਅੱਖਾਂ ਦੇ ਇਸ਼ਾਰੇ ਰੇਸ਼ਮ ਤੇ ਖੀਨ ਖਾਬ ਦੇ ਥਾਨਾਂ ਚ ਵਲੇਟੇ ਹੋਏ ਕੁਝ ਜਵਾਨ ਕੁਝ ਮਸਤ ਕੁਝ ਅਦਖੜ ਦਲਾਨ ਜਿਵੇਂ ਕਬੂਤਰਾਂ ਦੀ ਗੁੱਟਰ ਗੋਹ ਨਾਲ ਚਾਹ ਕੁਠਿਆ ਥਾਣਾ ਵਰਤਾਇਆ ਗਿਆ ਇੱਕ ਆਉਂਦਾ ਇੱਕ ਜਾਂਦਾ ਰਿਹਾ ਬਹੁਤ ਨੇੜੇ ਦੇ ਰਿਸ਼ਤੇਦਾਰਾਂ ਦੇ ਘਰ ਰੋਟੀ ਪਹੁੰਚਾਤੀ ਗਈ ਇਸ ਮਾਸ਼ੂਕਾਂ ਦੀ ਭੀੜ ਚ ਘੇਰੇ ਹੋਏ ਗੁਲਾਬਦੀਨ ਦਾ ਹੇਠਲਾ ਸਾ ਹੇਠਾ ਉੱਪਰ ਦਾ ਉੱਪਰ मेहमानਾਂ ਦਾ ਭੁਗਤਾਨ ਹੋ ਗਿਆ ਤਾਂ ਵਰਤਾਵਿਆਂ ਦੀ ਵਾਰੀ ਆਈ ਫਿਰ ਇਹ ਸਭ ਖਾਪੀ ਕੇ ਦਲਾਂਚ ਉੱਚੀ ਚਾਦਰ ਤੇ ਲੇਟ ਕੇ ਸਿਗਰਟ ਦਾ ਧੂਆ ਉਡਾਉਣ ਲੱਗੇ 나ਈ ਆਪਣੀਆਂ ਦੇਗਾਂ ਤੇ ਮਜੂਲੇ ਸੰਭਾਲਣ ਲੱਗਾ ਪਤਾ ਨਹੀਂ ਆਪਣੇ ਡਾਕੀ ਇਹਨੂੰ ਕੁਝ ਦਿੱਤਾ ਏ ਕਿ ਨਹੀਂ 우ਸਤਾਦ ਨੂਰਦੀਨ ਬੋਲਿਆ ਬੀਬੀ ਜੀ ਨੇ ਚੌਲ ਦਿੱਤੇ ਸਨ ਵਾਰਾਂਡੇ 'ਚ ਬਦਰੂ ਬੋਲੀ ਮੈਂ ਦਿੱਤੇ ਸਨ ਅੱਬਾ ਜੀ ਸਾਡੇ ਲਈ ਹਮੇਸ਼ਾ ਚੰਗੀਆਂ ਖਬਰਾਂ ਲਿਆਉਂਦਾ ਹੈ ਰਾਤੀ ਜਦੋਂ ਗੁਲਾਬਦੀਨ ਆਇਆ ਮਜਲਿਸ ਸੱ ਚੁੱਕੀ ਸੀ ਫਿਰੋਜ਼ਾ ਨੇ ਸਿਲਮੇ ਦਾ ਸੂਟ ਪਾਇਆ ਹੋਇਆ ਸੀ ਉਹਦੀਆਂ ਗੋਲ ਕਲਾਈਆਂ ਸੋਨੇ ਦੀਆਂ ਚੂੜੀਆਂ 'ਚ ਫਸੀਆਂ ਹੋਈਆਂ ਸਨ ਜ਼ੋਹਰਾ ਨੇ ਸਾੜੀ ਨਾਲ ਐਵੇਂ ਨਾਮਾਤਰ ਬਲਾਊਜ਼ ਪਾਇਆ ਸੀ ਜਦੋਂ ਸਾੜੀ ਦਾ ਪੱਲਾ ਖਿਸਕ ਜਾਂਦਾ ਤਾਂ ਗੋਂ ਦਾ ਕੱਸਿਆ ਹੋਇਆ ਢਿੱਡ ਤੇ ਪਿੱਛੋਂ ਚਮਕਦੀ ਪਿੱਠ ਦਿਸਦੀ ਸੀ ਕਿਗਨੇ ਚੂੜੀਦਾਰ ਪਜਾਮੇ ਤੇ ਘੇਰੇ ਵਾਲੀ ਕਮੀਜ਼ ਪਾਈ ਸੀ ਜਿਵੇਂ ਅਕਬਰ ਦੇ ਜ਼ਮਾਨੇ ਦੀ ਗਉਣ ਵਾਲੀ ਹੋਵੇ ਜਦੋਂ ਤੁਰਦੀ ਤਾਂ ਜੁੱਤੀ ਦੇ ਸਤਾਰੀ ਤੇ ਕਮੀਜ਼ ਦੇ ਗੋਟੇ ਝਿਲਮਿਲ ਝਿਲਮਿਲ ਕਰਦੇ ਰੇਸ਼ਮੀ ਗਰਾਰੇ ਵਿੱਚ ਮੁਸਤਰੀ ਦਾ ਪਿੱਛਾ ਚੱਕੀ ਦੇ ਦੋ ਪੂੜਾ ਵਾਂਗੂੰ ਰਗੜ ਖਾ ਰਿਆ ਸੀ ਗਰਾਰੇ ਨੂੰ ਉਹਨਾਂ ਨੇ ਇਦਾਂ ਭਰ ਦਿੱਤਾ ਜਿਵੇਂ ਉਸ 'ਚ ਤੰਨ ਕੇ ਪਾਏ ਗਏ ਹੋਣ ਮੁਸਤਰੀ ਦੀ ਨਿੱਕੀ ਭੈਣ ਜਿਹੜੀ ਕੁਝ ਮਹੀਨੇ ਹੋਏ ਆ ਜਾਦਾ ਸਬਕ ਲੈ ਰਹੀ ਸੀ ਅੱਜ ਪਛਾਣੀ ਨਹੀਂ ਸੀ ਜਾਂਦੀ ਉਹਨੇ ਮੱਥੇ ਤੇ ਝੁੰਮਰ ਪਾਇਆ ਹੋਇਆ ਸੀ ਪਲਕਾਂ ਤੇ ਤਣਾ ਵਿੱਚ ਦੇ ਤਣਾ ਵਿੱਚ ਕਈ ਇਸ਼ਾਰੇ ਤੇ ਲਗਾਵਟਾਂ ਪਲ ਰਹੀਆਂ ਸਨ ਉਹ ਅੱਗ ਦਾ ਭਾਂਬੜ ਬਣੀ ਇੱਧਰ ਉੱਧਰ ਆਪਣਾ ਆਪ ਦਿਖਾਉਂਦੀ ਫਿਰ ਰਹੀ ਸੀ ਬਿੱਲੋ ਫੁੱਲ ਛੜੀ ਬਣੀ ਸੀ ਉਹਨੇ ਸੀਨੇ ਤੇ ਦੋ ਪਟਾਕੇ ਬੰਨੇ ਸਨ ਉਹਦੇ ਕਈ ਰੂਪ ਸਨ ਮਤਾਬੀ ਨਾਰ ਪੋਪਟ ਗੋਲਾ ਪਰ ਬਿਜਲੀਆਂ ਨਹੀਂ ਸਨ ਅੱਜ ਸਾਰੀਆਂ ਬਿਜਲੀਆਂ ਬਦਰੋ ਦੇ ਹਿੱਸੇ 'ਚ ਆ ਗਈਆਂ ਸਨ ਜਿਦੀਆਂ ਅੱਖਾਂ ਤੇ ਲੰਬੀਆਂ ਲੰਮੀਆਂ ਪਲਕਾਂ ਚੁਕੀਆਂ ਹੋਈਆਂ ਸਨ ਉਹਦਾ ਚਿਹਰਾ ਚਮਕ ਰਿਹਾ ਸੀ ਉਹ ਪਾਨ ਲਾਚੀ ਦੀ ਪਲੇਟ ਲਈ ਚਾਰੀ ਪਾਸੇ ਖਾਤਰ ਸੇਵਾ ਚ ਰੁਝੀ ਹੋਈ ਸੀ ਕਦਰੋ ਜਦੋਂ ਬੁੱਲ ਮੀਟ ਕੇ ਗੱਲ ਕਰਦੀ ਤਾਂ ਉਹਦੇ ਦੰਦਾਂ ਦੀ ਮੋਤੀਆਂ ਵਰਗੀ ਤਰਾਸ਼ ਹੋਰ ਵੀ ਗੱਜਰ ਦੀ ਲੱਗਦੀ ਸੀ ਉਹ ਆਪਣੀਆਂ ਉਂਗਲਾਂ ਦੀ ਮਾੜੀ ਜੀ ਹਰਕਤ ਨਾਲ ਆਪਣੇ ਕੱਟੇ ਹੋਏ ਵਾਲਾ ਨੂੰ ਧੌਣ ਤੋਂ ਹਟਾਉਂਦੀ ਇਦਾਂ ਲੱਗਦਾ ਜਿਵੇਂ ਉਂਗਲੀਆਂ ਦੀਆਂ ਖਰਾਂ ਤੋਂ ਤਰੇਲ ਦੇ ਮੋਤੀਆਂ ਦੀ ਫੁਹਾਰ ਪੈ ਗਈ ਮੇਰੋ ਮੇਰੋ ਹੀ ਨਹੀਂ ਲੱਗਦੀ ਸੀ ਪੂਛਾਂ ਵਾਲੇ ਕੱਜਲ ਵਾਲੀਆਂ ਉਹਦੀਆਂ ਸੋਹਣੀਆਂ ਅੱਖਾਂ 'ਚ ਇੰਨੀ ਚਮਕ ਕਿੱਥੋਂ ਆ ਗਈ ਸੀ ਉਹਦੇ ਘੁੱਟਵੇਂ ਕੱਪੜਿਆਂ ਵਿੱਚੋਂ ਉਹਦਾ ਅੰਗ-ਅੰਗ ਦਿਸ ਰਿਹਾ ਸੀ ਨਿੱਕੀ ਜੀ ਨੱਥਣੀ ਉਹਦੇ ਵੱਡੇ ਵੱਡੇ ਆਰਮਾਨਾਂ ਤੇ ਅਣਕਈ ਖਿਆਲਾਂ ਦੀ ਚੁਗਲੀ ਕਰ ਰਹੀ ਸੀ ਇਹਨੇ ਨੂੰ ਇੱਕ ਜੋੜਾ ਅੰਦਰ ਆਇਆ ਸਰੂ ਦੇ ਕੱਦ ਦੀ ਕੁੜੀ ਨਿੱਕੀਆਂ ਨਿੱਕੀਆਂ ਪਲਾੰਗਾ ਪੁੱਟਦੀ ਇਕੱਠੇ ਹੁੰਦੇ ਰੇਸ਼ਮ ਵਾਂਗ ਮਹਿਫਿਲ 'ਚ ਦਾਖਲ ਹੋਈ ਬੜੀ ਨਜ਼ਾਕਤ ਨਾਲ ਸਾਰਿਆਂ ਨੂੰ ਅਦਾਬ ਕੀਤਾ ਦਲਾਨ ਦੀ ਦਹਲਿਜ਼ ਤੇ ਬੈਠੇ ਗੁਲਾਬਉਦੀਨ ਨੇ ਪੁੱਛਿਆ ਕੀਮ ਜੀ ਇਹ ਕੁੜੀ ਕੌਣ ਹੈ ਉਹ ਬੋਲਿਆ ਸ਼ਮਮੋ ਮੇਰੀ ਭੂਆ ਦੀ ਕੁੜੀ ਖਾਜਾ ਸਾਹਿਬ ਦੇ ਘਰ ਛੇ ਧੰਨਵਾਦ